ਕਿੰਨੇ ਸਾਲ ਦੇ ਸੀ ਤੁਸੀਂ ਜਦੋਂ ਤੁਸੀਂ ਲਰਨਿੰਗ ਕੋਰੀਅਨ ਮੈਂ ਜਦ ਆਈ ਗੈਸ ਮੈਂ ਸੀਗਾ ਉਸ ਟਾਈਮ 'ਚ 20 ਸਾਲ ਦਾ ਹਾਂਜੀ 20 ਸਾਲ ਦਾ ਸੀਗਾ ਮੈਂ ਨਹੀਂ 19 ਸਾਲ ਦਾ ਸੀ 7 ਸਾਲ ਪਹਿਲਾਂ ਦੀ ਗੱਲ ਆ ਮੈਂ ਇਸ ਸਾਲ 26 ਸਾਲ ਦਾ ਹੋ ਜਾਵਾਂਗਾ ਅਕਤੂਬਰ 'ਚ ਤੇ ਮੈਂ ਉਸ ਟਾਈਮ 'ਚ ਸੀਗਾ 19 ਸਾਲ ਦਾ ਤਾਂ ਇਹ ਮੋਟੀਵੇਸ਼ਨ ਜਿਹੜੀ ਸੀਗੀ ਕਹਿ ਸਕਦੇ ਹੋ ਕਿ ਖਿੱਚ ਪੈ ਗਈ ਸੀਗੀ ਕਿਉਂਕਿ ਕੀ ਕੋਈ ਨਈ ਲੈਂਗੁਏਜ ਕੇ ਕੀ ਇੱਕ ਪ੍ਰੋਵਾਈਡੈਂਸ ਮਿਲ ਸਕਦੀ ਹੈ ਮੈਨੂੰ ਇੰਟਰਨਲੀ that was a kind of a you know a, a, a enlightenment i got so i got so much indulged in it i learned the language very passionately and then os to baad fir mainu lagya ki is to ede matlab je main socha ki engineering karke ek career ban sakda oh vi ni mere dimag ch phar reha main kiah lets not pursue engineering lets see what other options are there ta main language sikhi मेरी मोटिवेशन मेरे डेडिकेशन काफ़ी अच्छा सगा मेरे जिन्हें भी टीचर से उधर जिन्हें भी उधर टीचर सारे नेटिव सके नेटिव कोरियन सारे तो काफ़ी होया। हाउ टू लर्न नेटिव नोानसिस कल्चरल नोानसिस एंटोनेशन प्रोनौंसीएश सारा कुछ काफ़ी अच्छी तरह सो मैं सोक इन कर लिया मैं काफ़ी अच्छी तरह अब्जो कर लिया सब कुछ तो उस बाद फिर आई स्टार्टिड वर्किंग विद यूनो सैमसंग एज अ ट्रांसलेटर कोरियन ट्रांसलेटर तो मेरी जी पहली जॉब सी मैं टैज अ ट्रांसलेटर ही शुरू की ਤਜਦ ਮੈਂ ਸ਼ੁਰੂ ਕੀਤੀ ਤਾਂ ਸਭ ਤੋਂ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਕਿ ਜਿੰਨੇ ਵੀ ਮੇਰੇ ਨਾਲ ਬੱਚੇ ਪੜ੍ਹਦੇ ਸੀਗੇ ਉਹਦਾ ਵਿੱਚ ਉਹਨਾਂ ਵਿੱਚੋਂ ਕੋਈ ਵੀ ਸਰਦਾਰ ਨਹੀਂ ਸੀਗਾ ਮੁੰਡਾ ਨਹੀਂ ਸੀਗਾ ਕੋਈ ਸਰਦਾਰ ਜਿਨ੍ਹਾਂ ਨੇ ਕੋਈ ਜਨ ਸਿੱਖੀ ਹੋਵੇ ਉਸ ਟਾਈਮ ਦੀ ਗੱਲ 2016 ਦੀ ਗੱਲ ਹੈ ਸੋ ਯੂ ਵਰ ਤੁਸੀਂ ਤੁਸੀਂ ਤਾਂ ਇੰਡੀਆ ਸੀਗੇ অর ਵੇਰ ਯੂ ਇਨ ਯੂਕੇ ਮੈਂ ਯੂਕੇ ਹਲੇ ਰੀਸੈਂਟਲੀ ਸ਼ਿਫਟ ਹੋਇਆ ਹਾਂ ਜੀ 6 ਮਹੀਨਾ ਪਹਿਲੇ ਮੈਂ ਤਾਂ ਇੰਡੀਆ ਹੀ ਸੀਗਾ ਤੇ ਉਸ ਤੋਂ ਉਸ ਟਾਈਮ 'ਚ ਜਦ ਮੈਂ ਦੇਖਿਆ ਕਿ ਮੇਰੇ ਨਾਲ ਕੋਈ ਵੀ ਸਰਦਾਰ ਮੁੰਡਾ ਨਹੀਂ ਸੀਗਾ ਜਿਹੜਾ ਕੋਰੀਅਨ ਪੜ ਰਿਆ ਸੀਗਾ ਜਾਂ ਜਿਹੜੇ ਪੜ ਵੀ ਰਹੇ ਸੀਗੇ ਉਹ ਇੱਕ ਸ਼ੌਂਕ ਵਾਸਤੇ ਕਰ ਰਹੇ ਸੀਗੇ ਮਤਲਬ ਇਹ ਲਾ ਲੋ ਟਾਈਮ ਪਾਸ ਕਰਨ ਵਾਸਤੇ ਜਿਹੜਾ ਵੀ ਕੋਈ ਇੱਕ ਦੋ ਬੰਦੇ ਸੀਗੇ ਪਰ ਡੈਡੀਕੇਸ਼ਨ ਨਾਲ ਕੋਈ ਕਰ ਨਹੀਂ ਰਿਹਾ ਸੀਗਾ ਤਾਂ ਆਈ ਵਾਸ ਦਾ ਵੈਰੀ ਆਈ ਆ ਫੈਲਟ ਵੈਰੀ ਪ੍ਰਾਊਡ ਕਿ ਮੈਂ ਪਹਿਲਾ ਸਰਦਾਰ ਮੁੰਡਾ ਸੀਗਾ ਜਿਨੇ ਇਹ ਇੱਕ ਸਿੱਖ ਹੋ ਕੇ ਇੱਕ ਨਈ ਲੈਂਗੁਏਜ ਸਿੱਖੀ ਕਿਉਂਕਿ ਜੇ ਤੁਸੀਂ ਐਜ਼ ਅ ਹਿਸਟੋਰੀਕਲ ਵੀ ਸਿੱਖੀਜ਼ਮ ਦੇ ਨਾਲ ਕਲ ਕੋ ਰਿਲੇਟ ਕਰੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਖੋ ਉਹਨਾਂ ਨੂੰ ਸਤ ਅੱਠ ਲੈਂਗੁਏਜਸ ਆਉਂਦੀ ਸੀਗੀ ਉਹਨਾਂ ਨੂੰ ਪರ್ಷਨ ਆਉਂਦੇ ਸੀਗੀ ਅਰਬੀ ਗਾਉਂਦੇ ਸੀਗੀ ਪਾਰਸੀ ਆਉਂਦੇ ਸੀਗੀ ਬ੍ਰਜ ਭਾਸ਼ਾਂ ਤੇ ਸੀਗੀ ਸੰਸਕ੍ਰਿਤ ਆਉਂਦੇ ਸੀਗੀ ਦਸਮ ਗ੍ਰੰਥ ਉਹਨਾਂ ਨੇ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਵਿੱਚ ਲਿਖਿਆ ਤਾਂ ਉਹ ਮੈਨੂੰ ਇੱਕ ਮੋਟੀਵੇਸ਼ਨ ਮਿਲਿਆ ਕਿ ਜੇਕਰ ਸਾਡੇ ਐਨਸੈਸਟਰ ਸੀਗੇ ਗੁਰੂ ਮਹਾਰਾਜ ਇਹਨਾਂ ਸਾਡੀ ਲੈਂਗੁਏਜਸ ਇੰਨੀ ਯੰਗ ਏਜ ਸਿੱਖ ਕੇ ਵੀ ਜਬ ਸਾਹਿਬ ਵੀ ਲਿਖ ਸਕਦੇ ਨੇ ਵੱਖਰੀ ਲੈਂਗੁਏਜ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਵੀ ਲਿਖ ਸਕਦੇ ਨੇ ਡਿਫਰੈਂਟ ਲੈਂਗੁਏਜਸ ਤਾਂ ਮੈਂ ਇੱਕ ਨਹੀਂ ਲੈਂਗੁਏਜ ਕਿਉਂਕਿ ਵਾਈ ਨਾਟ ਆਈ ਸਟਾਰਟ ਪ੍ਰੋਮੋਟ Thank you.